ਹਾਂ ਜੀ ਕਿਸਾਨ ਦੋਸਤੋ, ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ। ਦੋਸਤੋ, ਅੱਜ ਦਾ ਟੌਪਿਕ ਮੱਕੀ ਦੀ ਗਰੋਥ ਦੇ ਲਈ ਇੱਕ ਸਸਤੀ ਅਤੇ ਜ਼ਬਰਦਸਤ ਸਪਰੇ। ਸੋ ਦੋਸਤੋ, ਕਿਸਾਨਾਂ ਦੇ ਸਵਾਲ ਕਿ ਜ਼ਿਆਦਾ ਤੇਜ਼ ਗਰਮੀ ਪੈਣ ਦੇ ਨਾਲ ਮੱਕੀ ਗਰੋਥ ਨਹੀਂ ਕਰ ਰਹੀ ਜਾਂ ਫਿਰ ਉੱਪਰੋਂ ਪੱਤੇ ਜਿਹੜੇ ਆ ਕਮਲਾ ਰਹੇ ਆ। ਕਿਸਾਨ ਦੋਸਤੋ, ਸਭ ਤੋਂ ਪਹਿਲਾਂ ਜਿਹੜੀ ਜ਼ਰੂਰੀ ਗੱਲ ਆ ਧਿਆਨ 'ਚ ਰੱਖਣ ਵਾਲੀ, ਸੋ ਇਹਨਾਂ ਦਿਨਾਂ ਦੇ ਵਿੱਚ ਵੇਖਿਆ ਜਾਵੇ ਕਿ ਜ਼ਿਆਦਾ ਤੇਜ਼ ਗਰਮੀ ਪੈਣ ਦੇ ਨਾਲ, ਹੁੰਮਸ ਜ਼ਿਆਦਾ ਹੋਣ ਦੇ ਨਾਲ ਮੱਕੀ ਨੂੰ ਸੁੰਡੀ ਦੀ ਸ਼ਿਕਾਇਤ ਕਾਫੀ ਜ਼ਿਆਦਾ ਆ ਰਹੀ ਹੈ। ਸੋ ਸੁੰਡੀ ਤੋਂ ਤੁਸੀਂ ਚੰਗੀਆਂ ਸਪਰੇਆਂ ਦੀ ਵਰਤੋਂ ਕਰਕੇ ਨਿਜਾਤ ਪਾਓ। ਇਹ ਗੱਲ ਦੱਸਣ ਦਾ ਮੇਰਾ ਮਕਸਦ ਇਹ ਹੈ ਕਿ ਜੇਕਰ ਆਪਣਾ ਸੁੰਡੀ ਨੁਕਸਾਨ ਕਰ ਰਹੀ ਹੈ ਅਤੇ ਆਪਾਂ ਉਸਦੇ ਉਲਟ ਇਹਨੂੰ ਤਾਕਤ ਵਾਲੀਆਂ ਸਪਰੇਆਂ ਕਰ ਰਹੇ ਹਾਂ ਮੱਕੀ ਨੂੰ, ਤਾਂ ਆਪਣੀ ਫਸਲ ਕੋਈ ਵੀ ਆ, ਭਾਵੇਂ ਮੱਕੀ ਆ ਭਾਵੇਂ ਝੋਨਾ ਹੈ, ਜੇਕਰ ਕੋਈ ਇਨਸੈਕਟ ਨੁਕਸਾਨ ਕਰ ਰਿਹਾ ਹੈ ਤਾਂ ਉਸਦੇ ਉੱਪਰ ਤਾਕਤ ਵਾਲੀਆਂ ਸਪਰੇਆਂ ਕਰਨ ਦਾ ਆਪਾਂ ਨੂੰ 1% ਵੀ ਬੈਨੀਫਿਟ ਨਹੀਂ ਮਿਲਣਾ। ਸੋ ਇਹ ਗੱਲ ਦਾ ਜ਼ਰੂਰ ਧਿਆਨ ਰੱਖੋ। ਹੁਣ ਗੱਲ ਕਰਦੇ ਹਾਂ ਆਪਣੇ ਟੌਪਿਕ 'ਤੇ, ਮੱਕੀ ਦੇ ਉੱਪਰ ਇੱਕ ਸਸਤਾ ਅਤੇ ਜ਼ਬਰਦਸਤ ਫਾਰਮੂਲਾ। ਤੋ ਆਪਾਂ ਦੇਖਦੇ ਹਾਂ ਕਿ ਕਿਸਾਨ ਆਪਣੀ ਫਸਲ ਨੂੰ ਚਲਾਉਣ ਦੇ ਲਈ ਕਾਫੀ ਤਰ੍ਹਾਂ ਦਾ ਖਰਚਾ ਕਰਦਾ ਹੈ। ਸੋ ਕਾਫੀ ਤਰ੍ਹਾਂ ਦੇ ਕੈਮੀਕਲ ਵਰਤਦਾ ਹੈ। ਸੋ ਜੋ ਆਪਾਂ ਅੱਜ ਦੀ ਵੀਡੀਓ ਵਿੱਚ ਗੱਲ ਕਰਨੀ ਆ, ਬਿਲਕੁਲ ਸਸਤਾ ਅਤੇ ਬਿਲਕੁਲ ਆਸਾਨ ਜਿਹਾ ਮਾਰਕੀਟ ਦੇ ਵਿੱਚੋਂ ਮਿਲਣ ਵਾਲਾ ਹੈ ਪ੍ਰੋਡਕਟ। ਸੋ ਨੰਬਰ 1 'ਤੇ ਜਿਹੜੀ ਆਪਾਂ ਸਪਰੇਅ ਦੀ ਗੱਲ ਕਰਾਂਗੇ, ਮੈਗਨੀਸ਼ੀਅਮ ਪਲੱਸ ਯੂਰੀਆ। ਮੈਗਨੀਸ਼ੀਅਮ ਸਲਫੇਟ ਜੋ ਕਿ ਤੁਹਾਨੂੰ ਮਾਰਕੀਟ ਦੇ ਵਿੱਚੋਂ 25 ਰੁਪਏ ਤੋਂ ਲੈ ਕੇ 30 ਰੁਪਏ ਕਿਲੋ ਤੱਕ ਮਿਲਦਾ, ਅਤੇ ਇਸ ਦੇ ਵਿੱਚ ਆਪਾਂ ਐਡ ਕਰਨਾ ਹੈ ਨਾਈਟ੍ਰੋਜਨ, ਨਾਈਟ੍ਰੋਜਨ ਯਾਨੀ ਕਿ ਯੂਰੀਆ। ਜੇਕਰ ਤੁਹਾਡੇ ਕੋਲ ਨੈਨੋ ਯੂਰੀਆ ਪਈ ਆ, ਤੁਸੀਂ ਉਹਦੀ ਵੀ ਵਰਤੋਂ ਕਰ ਸਕਦੇ ਹਾਂ। ਅਦਰਵਾਈਜ਼ ਜੋ ਆਪਾਂ ਛਿੱਟੇ ਦੇ ਨਾਲ ਯੂਰੀਆ ਦਾ ਇਸਤੇਮਾਲ ਕਰਦੇ ਹਾਂ, ਉਹਦੀ ਵੀ ਆਪਾਂ ਵਰਤੋਂ ਇਸ ਦੇ ਵਿੱਚ ਮਿਕਸ ਕਰਕੇ ਕਰ ਸਕਦੇ ਹਾਂ। ਦੋਸਤੋ, ਜੇ ਗੱਲ ਇਹਨਾਂ ਦੀ ਡੋਜ਼ ਦੀ ਕੀਤੀ ਜਾਵੇ ਤਾਂ ਮੈਗਨੀਸ਼ੀਅਮ ਸਲਫੇਟ ਪ੍ਰਤੀ ਏਕੜ 1.5 ਕਿਲੋ ਅਤੇ ਯੂਰੀਆ ਯਾਨੀ ਕਿ ਨਾਈਟ੍ਰੋਜਨ ਪ੍ਰਤੀ ਏਕੜ 2 ਕਿਲੋ ਦੇ ਹਿਸਾਬ ਨਾਲ ਦੋਵਾਂ ਦਾ ਘੋਲ ਬਣਾ ਕੇ 125 ਲੀਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਲਾ ਕੇ ਸਪਰੇਅ ਕਰਨੀ ਆ। ਸੋ ਜੇਕਰ ਇਹਨਾਂ ਦਾ ਖਰਚਾ ਦੇਖਿਆ ਜਾਵੇ ਤਾਂ ਦੋਵਾਂ ਦਵਾਈਆਂ ਨੂੰ ਰਲਾ ਕੇ 40 ਤੋਂ ਲੈ ਕੇ 45 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਦਾ ਖਰਚਾ ਆਊਗਾ। ਜੇਕਰ ਇਸ ਦੀਆਂ ਤੁਸੀਂ 2 ਸਪਰੇਆਂ ਕਰਦੇ ਹਾਂ, 5 ਤੋਂ ਲੈ ਕੇ 7 ਦਿਨ ਦੇ ਵਕਬੇ 'ਤੇ ਜੇਕਰ 2 ਸਪਰੇਆਂ ਕਰਨੇ ਆ, ਤਾਂ ਮੱਕੀ ਦੇ ਵਿੱਚ 1% ਵੀ ਕੋਈ ਐਵੇਂ ਦੀ ਸ਼ਿਕਾਇਤ ਨਹੀਂ ਹੋਊਗੀ ਕਿ ਪੱਤੇ ਕਮਲਾ ਰਹੇ ਆ ਜਾਂ ਮੱਕੀ ਦਾ ਰੰਗ ਨਹੀਂ ਠੀਕ ਹੋ ਰਿਹਾ। ਸੋ ਮੈਗਨੀਸ਼ੀਅਮ ਦਾ ਕੰਮ ਹੀ ਸਿਰਫ ਇਹ ਆ ਕਿ ਮੱਕੀ ਦੇ ਵਿੱਚ ਕਲੋਰੋਫਿਲ ਦੇਣੀ, ਪੱਤਿਆਂ ਦੇ ਵਿੱਚ ਲਚਕੀਲਾਪਣ ਲੈ ਕੇ ਆਉਣਾ, ਪੱਤਿਆਂ ਦੇ ਵਿੱਚ ਹਰਿਆਵਲ ਲੈ ਕੇ ਆਉਣੀ, ਅਤੇ ਜੋ ਪੱਤਿਆਂ ਦੇ ਵਿੱਚ ਮੱਕੀ ਦੇ ਆਪਾਂ ਦੇਖ ਰਹੇ ਹਾਂ ਕਿ ਵੱਟ ਜੇ ਬਣਦੇ ਹੁੰਦੇ ਆ ਜਾਂ ਬਰੀਕ ਬਰੀਕ ਡਾਊਟ ਬਣਦੇ ਆ, ਬਿੰਦੀਆਂ ਜੀਆਂ ਬਣਦੀਆਂ, ਉਹ ਮੈਗਨੀਸ਼ੀਅਮ ਦੀ ਘਾਟ ਦੇ ਨਾਲ ਹੀ ਬਣਦੀਆਂ। ਦੋਸਤੋ, ਸਪਰੇਅ ਨੰਬਰ 2 DAP ਪਲੱਸ ਯੂਰੀਆ, ਤੁਸੀਂ ਇਹਦੀ ਵੀ ਵਰਤੋਂ ਕਰ ਸਕਦੇ ਹਾਂ ਮੱਕੀ ਦੀ ਗਰੋਥ ਦੇ ਲਈ। ਇਹ ਵੀ ਬਿਲਕੁਲ ਉਸੇ ਦਵਾਈ ਦੇ ਖਰਚੇ ਦੇ ਵਿੱਚ ਹੀ ਯਾਨੀ ਕਿ 40 ਤੋਂ ਲੈ ਕੇ 45 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਇਹਦਾ ਖਰਚਾ ਆਵੇਗਾ। ਡੋਜ਼ ਕੀ ਪਾਉਣੀ ਆਪਾਂ, DAP 1.5 ਤੋਂ ਲੈ ਕੇ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ। ਸੋ ਧਿਆਨ ਰੱਖੋ ਕਿ DAP ਨੂੰ 1 ਦਿਨ ਪਹਿਲਾਂ ਘੋਲ ਕੇ ਰੱਖਣਾ ਜ਼ਰੂਰੀ ਆ। ਸੋ ਯੂਰੀਆ ਨੂੰ ਤੁਸੀਂ ਟਾਈਮ ਦੀ ਟਾਈਮ ਵੀ ਘੋਲ ਸਕਦੇ ਹਾਂ, ਯੂਰੀਆ ਦੀ ਵੀ ਸੇਮ ਡੋਜ਼ 1.5 ਤੋਂ ਲੈ ਕੇ 2 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ, ਅਤੇ 1 ਦਿਨ ਪਹਿਲਾਂ ਭਿਉਂਤੀ ਹੋਈ DAP ਨੂੰ ਚੰਗੀ ਤਰ੍ਹਾਂ ਪੁਣ ਕੇ ਉਸਦਾ ਪਾਣੀ ਲੈ ਲਓ, ਅਤੇ ਜੋ ਵੇਸਟ ਮਟੀਰੀਅਲ ਆ ਉਹਨੂੰ ਤੁਸੀਂ ਪਾਸੇ ਸੁੱਟ ਦਿਓ, ਉਹ ਤੁਹਾਡੇ ਕੋਈ ਵੀ ਕੰਮ ਦਾ ਨਹੀਂ ਗਾ। ਅਤੇ ਇਹਨਾਂ ਦੋਵਾਂ ਚੀਜ਼ਾਂ ਦਾ ਮਿਸ਼ਰਣ ਬਣਾ ਕੇ ਤੁਸੀਂ ਸਪਰੇਅ ਕਰ ਸਕਦੇ ਹਾਂ। ਪਾਣੀ ਦੀ ਡੋਜ਼ ਸੇਮ 125 ਲੀਟਰ ਤੋਂ ਲੈ ਕੇ 150 ਲੀਟਰ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ, ਅਤੇ ਇਹਦੀਆਂ ਵੀ ਤੁਸੀਂ 2 ਸਪਰੇਆਂ ਕਰ ਸਕਦੇ ਹਾਂ, ਉਹੀ ਟਾਈਮ 5 ਤੋਂ ਲੈ ਕੇ 7 ਦਿਨ ਦੇ ਵਕਬੇ 'ਤੇ ਤੁਸੀਂ ਇਹਦੀ ਵੀ ਵਰਤੋਂ ਕਰ ਸਕਦੇ ਹਾਂ। ਜੇਕਰ ਦੋਵਾਂ ਦੇ ਵਿੱਚੋਂ ਟੌਪ ਰਿਜ਼ਲਟ ਦੀ ਗੱਲ ਕੀਤੀ ਜਾਵੇ ਤਾਂ ਜੋ ਮੈਂ ਤੁਹਾਨੂੰ ਪਹਿਲਾਂ ਸਪਰੇਅ ਦੱਸੀ ਆ ਯਾਨੀ ਕਿ ਮੈਗਨੀਸ਼ੀਅਮ ਪਲੱਸ ਯੂਰੀਆ,
ਸੋ ਇਹਨਾਂ ਦਾ ਰਿਜ਼ਲਟ ਜ਼ਿਆਦਾ ਚੰਗਾ ਮਿਲੂਗਾ। ਸੋ ਉਹਦੀਆਂ ਤੁਸੀਂ ਦੋ ਸਪਰੇਆਂ ਕਰੋ। ਤਾਂ ਮੈਨੂੰ ਨਹੀਂ ਲੱਗਦਾ ਕਿ ਮੱਕੀ ਦੇ ਵਿੱਚ ਕੋਈ ਐਵੇਂ ਦੀ ਘਾਟ ਦਿਖਾਈ ਦੇਵੇਗੀ ਕਿ ਜੋ ਤੁਹਾਨੂੰ ਸਵਾਲ ਕਰਨਾ ਪਵੇ ਕਿ ਮੱਕੀ ਚੱਲ ਨਹੀਂ ਰਹੀ ਜਾਂ ਫਿਰ ਮੱਕੀ ਦਾ ਜਿਹੜੀ ਗਰੋਥ ਆ ਉਹ ਨਹੀਂ ਹੋ ਰਹੀ। ਸੋ ਦੋਸਤੋ, ਇਹ ਇੱਕ ਐਵੇਂ ਦੀਆਂ ਦਵਾਈਆਂ ਜਿਨ੍ਹਾਂ ਦਾ ਕੰਧ 'ਤੇ ਲੱਗਾ ਪੋਸਟਰ ਬੇਸ਼ੱਕ ਤੁਹਾਨੂੰ ਨਾ ਦਿਖਾਈ ਦੇਵੇ ਪਰ ਤੁਹਾਡੀ ਫਸਲ ਦੇ ਵਿੱਚ, ਤੁਹਾਡੀ ਜ਼ਮੀਨ ਦੇ ਵਿੱਚ ਰਿਜ਼ਲਟ ਜ਼ਰੂਰ ਦਿਖਾਈ ਦੇਵੇਗਾ। ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਮਿਲਦੇ ਅੱਗੇ ਨਵੀਂ ਵੀਡੀਓ ਲੈ ਕੇ, ਨਵੀਂ ਜਾਣਕਾਰੀ ਲੈ ਕੇ। ਬਾਕੀ ਚੈਨਲ 'ਤੇ ਬਣੇ ਰਹੋ। ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਫਸਲਾਂ ਦੇ ਰਿਲੇਟਡ ਹਰ ਇੱਕ ਵੀਡੀਓ ਦੇ ਵਿੱਚ ਵਧੀਆ ਅਤੇ ਚੰਗੀ ਅਤੇ ਸਿੱਧੀ ਸਾਫ਼ ਸੁਥਰੀ ਜਾਣਕਾਰੀ ਤੁਹਾਨੂੰ ਮੁਹੱਈਆ ਹੁੰਦੀ ਰਹੇਗੀ। ਧੰਨਵਾਦ।